ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ ਡਾਕਟਰ ਲਖਵੀਰ ਸਿੰਘ, ਜੋ ਕਿ ਹੁਸ਼ਿਆਰਪੁਰ ਤੋਂ ਸਾਬਕਾ DHO ਸਨ। ਤਾਂ ਦੱਸ ਦਈਏ ਕਿ ਰਿਟਾਇਰਮੈਂਟ ਲੈ ਚੁੱਕੇ ਨੇ ਅਤੇ ਇਹਨਾਂ ਦੇ ਵੱਲੋਂ ਹੁਣ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਹੈ। ਜੀ ਹਾਂ, ਜਲਦ ਹੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ। ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ, ਪਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਅਤੇ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ ਲਖਵੀਰ ਸਿੰਘ। ਇਸ ਧਾਕੜ ਅਫਸਰ ਨੂੰ ਤੁਸੀਂ ਅਕਸਰ ਆਪਣੇ ਫੋਨਾਂ ਦੇ ਵਿੱਚ ਜ਼ਰੂਰ ਵੇਖਿਆ ਹੋਵੇਗਾ, ਕਿਉਂਕਿ ਕਾਫੀ ਵਾਇਰਲ ਰਹਿੰਦੇ ਸੀ ਪਿਛਲੇ ਦਿਨਾਂ ਦੇ ਵਿੱਚ, ਜਦ ਇਹ ਹੁਸ਼ਿਆਰਪੁਰ ਦੇ DHO ਸਨ। ਇਹਨਾਂ ਦੇ ਵੱਲੋਂ ਕਾਫੀ ਰੇਡ ਮਾਰੀਆਂ ਗਈਆਂ, ਕਾਫੀ ਨਕਲੀ ਦੁੱਧ ਫੜਿਆ ਗਿਆ, ਨਕਲੀ ਮਿਠਾਈਆਂ ਫੜੀਆਂ ਗਈਆਂ, ਐਕਸ਼ਨ ਲਿਆ ਗਿਆ। ਅਤੇ ਇਹਨਾਂ ਦੇ ਵੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਡਿਆਈ ਵੀ ਕੀਤੀ ਜਾਂਦੀ ਸੀ। ਇਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਦੀਆਂ ਸਰਕਾਰਾਂ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਨ ਦਿੰਦੀਆਂ ਸੀ, ਜਿਹੜੇ ਮੰਤਰੀ ਸਨ ਉਹ ਹਾੜੇ ਕਢਵਾਉਂਦੇ ਸਨ, ਤਸ਼ੱਦਦ ਕਰਦੇ ਸਨ ਇਹਨਾਂ 'ਤੇ, ਅਤੇ ਇਹਨਾਂ ਨੂੰ ਕਈ ਵਾਰ ਧਮਕਾਇਆ ਵੀ ਗਿਆ। ਪਰ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ, ਮਿਲਾਵਟ ਦੇ ਖਿਲਾਫ ਖੁੱਲ੍ਹੇਆਮ ਐਕਸ਼ਨ ਲਿਆ ਅਤੇ ਇਹਨਾਂ ਨੂੰ ਕਿਸੇ ਅਫਸਰ ਦੇ ਵੱਲੋਂ ਨਾ ਹੀ ਕੋਈ ਦਬਾਅ ਆਇਆ ਅਤੇ ਨਾ ਹੀ ਕਿਸੇ ਮੰਤਰੀ ਨੇ ਇਹਨਾਂ ਨੂੰ ਕੰਮ ਕਰਨ ਤੋਂ ਰੋਕਿਆ। ਜਿਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਸੀ, ਚਰਚਾਵਾਂ ਚੱਲੀਆਂ ਸੀ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਡਾਕਟਰ ਲਖਵੀਰ ਸਿੰਘ, ਪਰ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਧਾਕੜ ਅਫਸਰ, ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾਂ ਤੋਂ ਹੀ ਉਹਨਾਂ ਨੂੰ ਅਕਾਲੀ ਦਲ ਪਾਰਟੀ ਪਸੰਦ ਸੀ ਅਤੇ ਅਕਾਲੀ ਦਲ ਦੇ ਵਿੱਚ ਹੀ ਉਹ ਸ਼ੁਰੂ ਤੋਂ ਜਾਣਾ ਚਾਹੁੰਦੇ ਸੀ। ਪਰ ਕੁਝ ਦਿਨ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ DHO, ਜੋ ਕਿ ਸਾਬਕਾ DHO ਨੇ ਲਖਵੀਰ ਸਿੰਘ, ਇਹਨਾਂ ਨੂੰ ਪਾਰਟੀ ਆਫਿਸ ਦੇ ਵਿੱਚ ਬੁਲਾਇਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਅਤੇ ਫਿਰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲਖਵੀਰ ਸਿੰਘ। ਖੁਦ ਉਹਨਾਂ ਨੇ ਪੁਸ਼ਟੀ ਕੀਤੀ ਹੈ, ਪਹਿਲਾਂ ਆਪ ਦੇ ਵਿੱਚ ਜਾਣ ਦੀ ਚਰਚਾ ਸੀ, ਤਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਰਹਿਣ ਵਾਲੇ ਇਹ DHO ਲਖਵੀਰ ਸਿੰਘ, ਜਿਨ੍ਹਾਂ ਨੇ ਥੋੜ੍ਹੇ ਚਿਰ ਪਹਿਲਾਂ ਖੁਦ ਰਿਟਾਇਰਮੈਂਟ ਲਿਆ ਅਤੇ ਐਲਾਨ ਕੀਤਾ ਸੀ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਨਗੇ, ਅਤੇ ਇਹ ਵੀ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਸੋਚ ਰਹੇ ਨੇ ਜੁਆਇਨ ਕਰਨਾ ਉਹਨਾਂ ਨੂੰ। ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਨੇ ਡਾਕਟਰ ਲਖਵੀਰ ਸਿੰਘ ਔਰ ਧਾਕੜ ਅਫਸਰ। ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ ਡਾਕਟਰ ਲਖਵੀਰ ਸਿੰਘ, ਜੋ ਕਿ ਹੁਸ਼ਿਆਰਪੁਰ ਤੋਂ ਸਾਬਕਾ DHO ਸਨ। ਤਾਂ ਦੱਸ ਦਈਏ ਕਿ ਰਿਟਾਇਰਮੈਂਟ ਲੈ ਚੁੱਕੇ ਨੇ ਅਤੇ ਇਹਨਾਂ ਦੇ ਵੱਲੋਂ ਹੁਣ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਹੈ। ਜੀ ਹਾਂ, ਜਲਦ ਹੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ। ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ, ਪਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਅਤੇ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਧਾਕੜ ਅਫਸਰ ਲਖਵੀਰ ਸਿੰਘ। ਇਸ ਧਾਕੜ ਅਫਸਰ ਨੂੰ ਤੁਸੀਂ ਅਕਸਰ ਆਪਣੇ ਫੋਨਾਂ ਦੇ ਵਿੱਚ ਜ਼ਰੂਰ ਵੇਖਿਆ ਹੋਵੇਗਾ, ਕਿਉਂਕਿ ਕਾਫੀ ਵਾਇਰਲ ਰਹਿੰਦੇ ਸੀ ਪਿਛਲੇ ਦਿਨਾਂ ਦੇ ਵਿੱਚ, ਜਦ ਇਹ ਹੁਸ਼ਿਆਰਪੁਰ ਦੇ DHO ਸਨ। ਇਹਨਾਂ ਦੇ ਵੱਲੋਂ ਕਾਫੀ ਰੇਡ ਮਾਰੀਆਂ ਗਈਆਂ, ਕਾਫੀ ਨਕਲੀ ਦੁੱਧ ਫੜਿਆ ਗਿਆ, ਨਕਲੀ ਮਿਠਾਈਆਂ ਫੜੀਆਂ ਗਈਆਂ, ਐਕਸ਼ਨ ਲਿਆ ਗਿਆ। ਅਤੇ ਇਹਨਾਂ ਦੇ ਵੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵਡਿਆਈ ਵੀ ਕੀਤੀ ਜਾਂਦੀ ਸੀ। ਇਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਦੀਆਂ ਸਰਕਾਰਾਂ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਕੰਮ ਨਹੀਂ ਕਰਨ ਦਿੰਦੀਆਂ ਸੀ,
ਜਿਹੜੇ ਮੰਤਰੀ ਸਨ ਉਹ ਹਾੜੇ ਕਢਵਾਉਂਦੇ ਸਨ, ਤਸ਼ੱਦਦ ਕਰਦੇ ਸਨ ਇਹਨਾਂ 'ਤੇ, ਅਤੇ ਇਹਨਾਂ ਨੂੰ ਕਈ ਵਾਰ ਧਮਕਾਇਆ ਵੀ ਗਿਆ। ਪਰ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ, ਮਿਲਾਵਟ ਦੇ ਖਿਲਾਫ ਖੁੱਲ੍ਹੇਆਮ ਐਕਸ਼ਨ ਲਿਆ, ਅਤੇ ਇਹਨਾਂ ਨੂੰ ਕਿਸੇ ਅਫਸਰ ਦੇ ਵੱਲੋਂ ਨਾ ਹੀ ਕੋਈ ਦਬਾਅ ਆਇਆ ਅਤੇ ਨਾ ਹੀ ਕਿਸੇ ਮੰਤਰੀ ਨੇ ਇਹਨਾਂ ਨੂੰ ਕੰਮ ਕਰਨ ਤੋਂ ਰੋਕਿਆ। ਜਿਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਸੀ, ਚਰਚਾਵਾਂ ਚੱਲੀਆਂ ਸੀ ਕਿ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਡਾਕਟਰ ਲਖਬੀਰ ਸਿੰਘ। ਪਰ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਧਾਕੜ ਅਫਸਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾਂ ਤੋਂ ਹੀ ਉਹਨਾਂ ਨੂੰ ਅਕਾਲੀ ਦਲ ਪਾਰਟੀ ਪਸੰਦ ਸੀ ਅਤੇ ਅਕਾਲੀ ਦਲ ਦੇ ਵਿੱਚ ਹੀ ਉਹ ਸ਼ੁਰੂ ਤੋਂ ਜਾਣਾ ਚਾਹੁੰਦੇ ਸੀ। ਪਰ ਕੁਝ ਦਿਨ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ DHO ਜੋ ਕਿ ਸਾਬਕਾ DHO ਨੇ ਲਖਬੀਰ ਸਿੰਘ, ਇਹਨਾਂ ਨੂੰ ਪਾਰਟੀ ਆਫਿਸ ਦੇ ਵਿੱਚ ਬੁਲਾਇਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਅਤੇ ਫਿਰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਹੁਣ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲਖਬੀਰ ਸਿੰਘ। ਖੁਦ ਉਹਨਾਂ ਨੇ ਪੁਸ਼ਟੀ ਕੀਤੀ ਹੈ, ਪਹਿਲਾਂ ਆਪ ਦੇ ਵਿੱਚ ਜਾਣ ਦੀ ਚਰਚਾ ਸੀ, ਤਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਰਹਿਣ ਵਾਲੇ ਇਹ DHO ਲਖਬੀਰ ਸਿੰਘ, ਜਿਨ੍ਹਾਂ ਨੇ ਥੋੜ੍ਹੇ ਚਿਰ ਪਹਿਲਾਂ ਖੁਦ ਰਿਟਾਇਰਮੈਂਟ ਲਿਆ ਅਤੇ ਐਲਾਨ ਕੀਤਾ ਸੀ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਨਗੇ, ਅਤੇ ਇਹ ਵੀ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਸੋਚ ਰਹੇ ਨੇ ਜੁਆਇਨ ਕਰਨਾ ਉਹਨਾਂ ਨੂੰ। ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਨੇ ਡਾਕਟਰ ਲਖਬੀਰ ਸਿੰਘ ਔਰ ਧਾਕੜ ਅਫਸਰ।